ਹੁਣ ਆਪਾਂ ਗਰਮੀ ਵਾਲੀਆਂ ਸਬਜ਼ੀਆਂ ਲਾ ਰਹੇ ਹਾਂ ਘਰੇ ਜੀ, ਹਾਂਜੀ, ਟਮਾਟਰ ਲੱਗੇ ਹੋਏ ਆ ਆਪਣੇ, ਗੰਢੇ ਲੱਗੇ ਹੋਏ ਆ, ਕੱਦੂ ਦੀਆਂ ਬੇਲਾਂ ਸਾਰਾ ਕੁਛ ਲੱਗਿਆ ਹੋਇਆ, ਤੁਸੀਂ ਆਹ ਫਲ ਦੇਖ ਲਓ ਜੀ, ਫਲ ਤਾਂ ਭਰੇ ਪਏ ਨੇ ਜੀ, ਆਹ ਦੇਖ ਲਓ ਤੁਸੀਂ, ਇਹ ਤੁਸੀਂ ਇਹ ਜੀ ਕਿਤੇ ਬੂਟੇ ਦੇਖੀ ਨੀ ਹੋਣੇ ਵੀ ਫਲ ਨਾਲ ਭਰੇ ਪਏ ਹੁਣ ਜਿਹੜੇ ਐਵੇਂ ਟਮਾਟਰਾਂ ਦੇ, ਪੂਰੇ ਭਰੇ ਪਏ ਨੇ ਜੀ, ਨਾਲੇ ਡੇਲੀ ਤੋੜਦੇ ਆ ਜੀ, ਡੇਲੀ ਤੋੜਦੇ ਆ, ਉਹ ਦੇਖ ਲਓ ਕਿੰਨਾ ਫਲ ਹੈ, ਨਾਲੇ 5-6 ਪੇਡੇ ਆ ਸਾਰੇ, ਰੋਜ਼ 8-10 ਤੂੰ ਉਤਰਦੀ ਉਤਰਦੇ ਆ ਟਮਾਟਰ ਤੁਹਾਡੇ ਘਰੇ ਵੀ, ਅੱਜ ਤੋਂ ਬਾਅਦ ਗਰਮੀ ਵਾਲੀ ਸਬਜ਼ੀ ਨੀ ਕਦੇ ਵੀ ਮੁੱਕਣੀ, ਤੁਸੀਂ ਆਹ ਵੀਡੀਓ ਦੇਖ ਲਓ ਤੇ ਆਹ ਦਵਾਈ ਤਿਆਰ ਕਰ ਲਓ, ਹਾਂ ਦਵਾਈ ਤਿਆਰ ਕਰੀਏ ਜੀ ਆਪਾਂ ਦੇਸੀ ਘਰੇ, ਠੀਕ ਹੈ, ਤੁਸੀਂ ਵੀ ਕਰ ਸਕਦੇ ਹੋ, ਕੋਈ ਖਰਚਾ ਨਹੀਂ ਹੈਗਾ ਤੁਹਾਡਾ, ਸਾਰੀਆਂ ਚੀਜ਼ਾਂ ਘਰੇ ਹੀ ਹੁੰਦੀਆਂ ਨੇ ਆਪਣੇ, ਤੁਸੀਂ ਮੈਨੂੰ ਵਰਤਣਾ ਕਿਵੇਂ ਹੈ ਤੁਹਾਨੂੰ ਮੈਂ ਸਾਰਾ ਕੁਝ ਦੱਸਦਾ, ਬਣੂਗੀ ਕਿਵੇਂ ਉਹ ਵੀ ਦੱਸੂਗਾ, ਆਪਾਂ ਇਹਦੇ ਛਿੜਕ ਦਈਏ ਪਹਿਲਾਂ, ਠੀਕ ਹੈ ਜੀ, ਆਹ ਦੇਖੋ ਡੇਲੀ ਡੇਲੀ ਸਵੇਰੇ ਸ਼ਾਮ ਬਈ ਆਪਾਂ ਇਹਦਾ ਛਿੜਕਾਓ ਕਰਦੇ ਹਾਂ, ਠੀਕ ਹੈ, ਡੇਲੀ ਸਵੇਰੇ ਸ਼ਾਮ, ਹਾਂ, ਹੋਰ ਇਹਦੇ ਵਿੱਚ ਜੀ ਕੋਈ ਅਸੀਂ ਚੀਜ਼ ਨਹੀਂ ਪਾਉਂਦੇ ਹੈਗੇ, ਕੋਈ ਯੂਰੀਆ ਨਹੀਂ ਪਾਉਂਦੇ, ਕੁਛ ਨਹੀਂ ਸਿਰਫ ਦੇਸੀ, ਆਹ ਦੇਖ ਲਓ ਇਧਰਲੇ ਪਾਸੇ ਰੂੜੀ ਦੀ ਰੇਹ ਹੈ, ਜਾਂ ਤਾਂ ਰੂੜੀ ਦੀ ਰੇਹ ਪਾਉਂਦੇ ਹਾਂ ਜਿੰਨੀ ਕਿ ਚ ਪਾਉਣੀ ਹੁੰਦੀ ਹੈ, ਠੀਕ ਹੈ, ਇਧਰ ਧਨੀਏ ਤੇ ਮਾਰ ਦਿੰਦੇ, ਜਾਂ ਆਪਾਂ ਦੂਸਰਾ ਆਹ ਜਿਹੜੀ ਦਵਾਈ ਤਿਆਰ ਕਰੀਏ ਦੇਸੀ ਤਰੀਕੇ ਨਾਲ ਆ ਪਾਉਣਾ, ਹਾਂ, ਆਹ ਆਪਾਂ ਛਿੜਕਤੀ ਸਾਰੀ ਧਨੀਏ ਤੇ, ਜੇ ਦੋ ਚੀਜ਼ਾਂ ਜਿੰਦੇ ਨੇ ਆਪਣੀ ਨੂੰ ਤਿਆਰ ਕਰਨ ਵਾਸਤੇ, ਠੀਕ ਹੈ ਜੀ, ਇੱਕ ਤਾਂ ਹੈਗਾ ਚੌਲ ਆਪਣੇ ਕੋਲ, ਚੌਲ ਕਿਹੜੇ ਮਰਜ਼ੀ ਲੈ ਸਕਦੇ, ਜਿਹੜੇ ਮਰਜ਼ੀ ਹੋਣ ਜੀ, ਇੱਕ ਹੈਗਾ ਗੁੜ ਆਪਣੇ ਕੋਲ, ਗੁੜ, ਹਾਂ, ਗੁੜ ਪੁਰਾਣਾ ਵਰਤਣਾ ਕਿ ਨਵਾਂ, ਕੋਈ ਮਰਜ਼ੀ ਵਰਤ ਲਓ ਜੀ, ਠੀਕ ਹੈ, ਆਹ ਦੇਖੋ ਇਹਦੇ ਵਿੱਚ ਜੇ ਪੁਰਾਣਾ ਹੋਵੇ ਜਾਵੇ ਤਾਂ ਜ਼ਿਆਦਾ ਬੈਸਟ, ਪੁਰਾਣਾ ਗੁੜ ਲੈ ਲਓਗੇ ਤਾਂ ਜ਼ਿਆਦਾ ਵਧੀਆ ਜੀ, ਜਿਹੜਾ ਪੁਰਾਣਾ ਗੁੜ ਆਪਣੀ ਦੁਕਾਨਾਂ ਤੋਂ ਆਪਾਂ ਨੂੰ ਮਿਲ ਜਾਂਦਾ, ਨਹੀਂ ਹੈਗਾ ਪੁਰਾਣਾ ਗੁੜ ਤਾਂ ਤੁਸੀਂ ਨਵਾਂ ਗੁੜ ਵਰਤ ਲਓ, ਅਤੇ ਇਸ ਤੋਂ ਬਾਅਦ ਆਪਾਂ ਨੇ ਲੈਣੇ ਨੇ ਜੀ ਚੌਲ, ਜਿੰਨੀ ਕੁ ਆਪਣੇ ਕੋਲ ਸਬਜ਼ੀ ਆਪਾਂ ਵੇਲਾਂ ਲਾਈਆਂ ਹੋਈਆਂ ਨੇ, ਹਾਂਜੀ, ਉੰਨੀ ਕੁ ਦਵਾਈ ਤਿਆਰ ਕਰ ਲਓ, ਪਰ ਤੁਸੀਂ 2 ਲੀਟਰ ਦਾ ਤਿਆਰ ਕਰ ਲਓ, ਹਫ਼ਤਾ ਨਹੀਂ ਮੁੱਕਦੀ ਤੁਹਾਨੂੰ, ਹਾਂ 2 ਲੀਟਰ ਤਾਂ ਤੁਸੀਂ ਤਿਆਰ ਕਰ ਲਓ, ਕਿਉਂਕਿ ਜਦੋਂ ਸ਼ੁਰੂ ਸ਼ੁਰੂ 'ਚ ਵੇਲਾਂ ਛੋਟੀਆਂ ਹੁੰਦੀਆਂ ਨੇ ਉਦੋਂ ਵੱਧ ਲੋੜ ਪੈਂਦੀ ਹੈ ਦਵਾਈ ਦੀ, ਆ ਫੁੱਲ ਜੇ ਘੇਰ ਜਾਂਦੀਆਂ ਨੇ ਕੋਈ ਫੁੱਲ ਨਹੀਂ ਕਰਦਾ ਹੈਗਾ ਇਹਦੇ ਨਾਲ, ਜਿੰਨਾ ਫਲ ਲੱਗੂ ਤੇ ਉਨਾ ਹੀ ਪੱਕੂਗਾ, ਲਓ ਜੀ ਚੌਲ, ਕਿੰਨੇ ਕੁ ਚੌਲ ਪਾਉਣੇ ਨੇ, ਪਾਈਆ ਕੁ ਚੌਲ ਪਾਉਣੇ ਨੇ, ਪਾਈਆ ਕੁ ਚੌਲ ਪਾਉਣੇ ਨੇ, ਲਗਭਗ ਇਹਦੇ ਵਿੱਚ ਆਪਾਂ ਨੇ 200 ਗ੍ਰਾਮ ਆਪਾਂ ਗੁੜ ਪਾਵਾਂਗੇ ਜੀ, 200 ਗ੍ਰਾਮ ਗੁੜ ਪਾਉਣਾ ਜੀ, ਹਾਂਜੀ ਮੈਂ ਕੁੱਟ ਲਾਂਗੇ ਇਹਨੂੰ ਆਪਾਂ, ਕੁੱਟ ਕੇ ਪਾਉਣਾ, ਹਾਂਜੀ, ਲਓ ਜੀ ਕੁੱਟ ਕੇ ਆਪਾਂ ਨੇ ਗੁੜ ਪਾਉਣਾ ਇਹਦੇ, ਤੁਸੀਂ ਕਿਤੇ ਮਰਜ਼ੀ ਰੱਖ ਕੇ ਗੁੜ ਨੂੰ ਕੁੱਟ ਲਈਓ, ਕੁੱਟਣ ਤੋਂ ਬਾਅਦ ਬਰੀਕ ਕਰਕੇ ਇਹਨੂੰ ਬੋਤਲ ਜੀ ਰੱਖਣਾ ਜਾਂ ਕਿਸੇ ਹੋਰ ਭਾਂਡੇ 'ਚ ਵੀ ਰੱਖ ਸਕਦੇ ਹਾਂ, ਬੋਤਲ ਜੀ ਰੱਖਣੇ ਜੀ, ਅੱਛਾ ਬੋਤਲ ਜੀ ਰੱਖਣਾ, ਇਸ ਤੋਂ ਬਾਅਦ ਕਰਨ ਇੱਕ ਚੀਜ਼ ਹੋਰ ਕਰਨੇ ਦਾ ਕੰਮ ਆਪਣੇ, ਉਹ ਐਂਡ ਤੇ ਦੱਸਾਂਗੇ ਤੁਹਾਨੂੰ ਵੀ, ਅੱਛਾ ਹਲੇ ਦਵਾਈ ਤਿਆਰ ਨਹੀਂ ਹੋਈ, ਤਿਆਰ ਨਹੀਂ ਹੋਈ ਜੀ, ਇੱਕ ਕੰਮ ਹੋਰ ਰਹਿ ਗਿਆ, ਸੋਚੋ ਵੀ ਪਾਣੀ ਪਾ ਕੇ ਹੀ ਤਿਆਰ ਹੋ ਗਈ, ਠੀਕ ਹੈ, ਲਓ ਜੀ ਗੁੜ ਆਪਾਂ ਸਾਰਾ ਬੋਤਲ 'ਚ ਭਰ ਲੈਂਦੇ ਹਾਂ, ਉਸ ਤੋਂ ਬਾਅਦ ਹੋਰ ਇੱਕ ਚੀਜ਼ ਜਿਹੜੀ ਰਹਿ ਗਈ ਉਹ ਕਰਕੇ ਫਾਈਨਲੀ ਤੁਹਾਡੇ ਘਰੇ ਜਾਂ ਖੇਤ ਦੇ ਵਿੱਚ ਕਿਤੇ ਵੀ ਤੁਸੀਂ ਕੋਈ ਸਬਜ਼ੀਆਂ ਲਾਈਆਂ ਹੋਈਆਂ ਨੇ, ਠੀਕ ਹੈ, ਹਰੀਆਂ ਸਬਜ਼ੀਆਂ ਜਿਹੜੀਆਂ ਵੀ ਤੁਸੀਂ ਕੋਈ ਵੀ ਚੀਜ਼ ਲਾਈ ਹੋਈ ਹੈ ਉੱਥੇ ਆਹ ਛਿੜਕਾਅ ਜ਼ਰੂਰ ਕਰੋ, ਕਿਉਂਕਿ ਦੇਸੀ ਜਿਹੜੀ ਆਪਾਂ ਕਹਿ ਦਿੰਦੇ ਹਾਂ ਹੈ ਨਾ ਵੀ ਆਪਾਂ ਰੂੜੀ ਦੀ ਰੇਹ ਪਾਤੀ ਇਕੱਲੀ ਸਬਜ਼ੀਆਂ ਆਪਣੀਆਂ ਦੇਸੀ ਹੋ ਗਈਆਂ, ਉਹ ਦੇਸੀ ਨਹੀਂ ਹੁੰਦੀਆਂ ਗੀਆਂ, ਜਦੋਂ ਆਪਾਂ ਉਹ 'ਤੇ ਸਪਰੇਆਂ ਛਿੜਕੀ ਜਾਂਦੇ ਹਾਂ ਜਾਂ ਹੋਰ ਦਵਾਈਆਂ ਪਾਈ ਜਾਂਦੇ ਹਾਂ, ਤੁਸੀਂ ਦੇਸੀ ਦਵਾਈ ਤਿਆਰ ਕਰਕੇ ਪਾਓ, ਠੀਕ ਹੈ, ਅਤੇ ਦਵਾਈ ਵੈਸੇ ਮੰਨ ਕੇ ਚੱਲੋ ਜਿਹੜੀ ਆਪਣਾ ਬਰਸੀਨ ਹੁੰਦੀ ਹੈ ਉਹ 'ਤੇ ਵੀ ਕਈ ਵਾਰੀ ਜਿਹੜੀ ਉਹ ਹੁੰਦੀ ਹੈ ਆਪਣੀ ਸ਼ਰਾਬ ਹੁੰਦੀ ਹੈ ਉਹਦਾ ਛਿੜਕਾਅ ਕਰਿਆ ਜਾਂਦਾ, ਉਹਦੇ ਨਾਲ ਬਹੁਤ ਫੈਲ ਜਾਂਦੀ ਹੈ, ਆਹ ਤਾਂ ਜਿਹੜੀ ਦਵਾਈ ਹੈ ਤਾਂ ਇੱਕ ਤਰ੍ਹਾਂ ਦੀ ਬਹੁਤ ਤਕੜੀ ਚੀਜ਼ ਬਣ ਜੂਗੀ, ਤੁਹਾਡੇ ਘਰ ਦੀ ਦਵਾਈ ਬਣ ਜੂਗੀ, ਗੁੜ ਵੀ ਪੈ ਗਿਆ, ਆਹ ਵੀ ਪੈ ਗਿਆ, ਦੋਨੇ ਚੀਜ਼ਾਂ ਪੈ ਗਈਆਂ, ਪਾਣੀ ਭਰਨਾ ਜੀ ਇਸ ਤੋਂ ਬਾਅਦ, ਪਾਣੀ ਭਰਾਂਗੇ ਜੀ, ਪਾਣੀ ਕਿੰਨਾ ਕੁ ਭਰਨਾ ਇਹ 'ਚ, ਪਾਣੀ ਵੈਸੇ ਇੰਨੀ ਕੁ ਹੋਣੀ ਹੋਵੇ ਜੀ, ਠੀਕ ਹੈ, ਹਾਂ, ਪਰੀ ਤੋਂ ਘੱਟ ਹੋਣੀ ਚਾਹੀਦੀ, ਥੋੜ੍ਹੀ ਜਿਹੀ ਇੰਨੀ ਕੁ, ਠੀਕ ਹੈ ਠੀਕ ਹੈ ਠੀਕ ਹੈ, ਪਰੀ ਤੋਂ ਘੱਟ, ਪਰੀ ਤੋਂ ਘੱਟ ਹੋਵੇ, ਦੇਖ ਲਓ ਜੀ ਇਸ ਤੋਂ ਬਾਅਦ ਆਪਾਂ ਨੇ ਇਹਦੇ 'ਚ ਪਾਣੀ ਪਾ ਤਾ, ਇਹ ਜਿੰਨੀ ਕੁ ਆਪਾਂ ਉਣੀ ਛੱਡਾਂਗੇ ਉਨੀ ਕੁ ਉਣੀ ਤੁਸੀਂ ਛੱਡ ਲਿਓ, ਹਾਂਜੀ, ਲਓ ਜੀ ਬੋਤਲ, ਜੇ ਤੁਹਾਡੇ ਕੋਲ ਘੱਟ ਹੈ ਸਬਜ਼ੀ ਤਾਂ ਤੁਸੀਂ ਘੱਟ ਲੈ ਲਿਓ, ਹਾਂ, ਹਾਂਜੀ ਆਪਾਂ ਚੰਗੀ ਤਰ੍ਹਾਂ ਹਲਾ ਕੇ ਇੱਕ ਹਫ਼ਤੇ ਵਾਸਤੇ ਆਪਾਂ ਤੂੜੀ 'ਚ ਰੱਖਾਂਗੇ ਜੀ, ਜਿੱਦਾਂ ਇੱਕ ਹਫ਼ਤਾ ਰੱਖ ਲਓਗੇ ਤਾਂ ਜ਼ਿਆਦਾ ਵਧੀਆ ਨਹੀਂ, ਇਦੋਂ ਵੱਧ ਰੱਖ ਲਓਗੇ ਤਾਂ ਇਦੋਂ ਵੀ ਜ਼ਿਆਦਾ ਵਧੀਆ ਬਈ।